वाहेगुरु जी का खालसा वाहेगुरु जी की फतेह। अज असी जिला पुलिस जिला खन्ना ते जिला फतेहगढ़ साहब तो मंडी गोबिंदगढ़ तो पिंड कुक्कड़ माजरा ते पिंड नसराली पिंड इसमाइलपुर के नौजवान वीर वालों ये जिहड़ा बहुत वधिया कार्ज किया गया, क्योंकि इत्थे अज किसानां दे उत्ते इहो जी आफत आई पई आ कि हर पासे पानी पानी आ ते उन्हां दा माल डंगर दा भी बहुत नुकसान होया, उन्हां दे फसलां दा भी बहुत नुकसान होया ते घरां दा भी बहुत नुकसान होया। इस लई साडे कोल जिन्नी कोई नौजवान वीरां ने जिन्नी कोई सेवा हो सकती अज इन्हां पिंडां विच कीती अज असीं स्पैशल तौर ते मैनूं पिंडां दे बहुत ने नां तां याद नहीं, सभरावां फत्ते वाली ते होर कोई पिंड दे बाकी आ बस्ती किशन सिंह वाला इत्थे आपां पहुंचे भगवान जी होणा कोल ते उन्हां कोल जिन्नी कोई साडे कोल सेवा हो सकती सेवा दित्ती ते नौजवान वीर जिहड़े साडे नाल चल रहे ने कोई पिंडां दे वी इत्थों वी इलाके दे वी नौजवान साडे नाल चल रहे ने ते समैलपुर तों स्पैशल तौर ते नौजवान वीरां ने जिहड़ा कार्ज सी ये रात मतलब सिरे चाढ़िया तो अज असीं सारी जिन्नी कोई साडे कोल सेवा हुंदी सी असीं ये सेवा कीती आ ते असीं होर वी संगतां नूं बेनती है कि अज असीं इन्हां वीरां दे नाल औखी घड़ी वेले सानूं सारिआं नूं उन्हां दा साथ दे देणा चाहीदा, जिन्नी कोई उन्हां कोल सेवा हो सकदी आ उह आण के अपने हत्थीं किसानां मजदूरां ते सिख परिवारां नूं आण के अपने हत्थीं सेवा करन ते उन्हां कोल रसदां ते होर वी जिहड़ा उन्हां दा कोई पशुआं वास्ते चारा तूड़ी आ उह पहुँचदी करन ते आप सेवा करन। सो साडी सारिआं संगतां नूं बेनती है ਕਿ ਜਿੰਨਾ ਵੀ ਹਿੱਸਾ ਬਣਦਾ ਵੰਡ ਤੰਡ ਕੇ ਸਾਰੇ ਆਪਣਾ ਔਖੀ ਘੜੀ ਟਾਈਮ 'ਤੇ। ਬਾਬਾ ਜੀ ਤੁਸੀਂ ਚਾਹ ਅਤੇ ਤੂੜੀ ਲੈ ਕੇ ਆਏ ਜਾਂ ਹੋਰ ਵੀ ਕੋਈ ਰਸਤਾ ਲੈ ਕੇ? ਤੂੜੀ ਬਿਸਕੁਟ ਰਸ ਅਤੇ ਪਾਣੀ ਦੇ ਪੇਟੀਆਂ ਅਤੇ ਆਟਾ ਵੀ ਸੀ ਸਾਡੇ ਕੋਲ, ਹੋਰ ਵੀ ਰਸਤਾ ਸੀ ਸਾਡੇ ਕੋਲ ਤੋ ਅਸੀਂ ਸੰਗਤਾਂ ਨੂੰ ਵੰਡਦੇ ਆਏ ਹਾਂ। ਪਿੱਛੇ ਤਿੰਨ ਟਰਾਲੀਆਂ ਸਾਡੇ ਕੋਲ ਰਸਤਾ ਜੀ ਅਤੇ ਨੌਜਵਾਨ ਵੀਰ ਸੀ ਸਾਡੇ ਨਾਲ ਸਾਥ ਜਿਹੜੇ ਦੇ ਰਹੇ ਸੀ ਅਤੇ ਸਪੈਸ਼ਲ ਤੌਰ 'ਤੇ ਬੰਨ ਲੱਗ ਰਿਹਾ ਨਾ, ਹਾਂਜੀ ਸਪੈਸ਼ਲ ਤੌਰ 'ਤੇ ਬੰਨ ਦੇ ਕੋਲ ਪ੍ਰਧਾਨ ਸਾਹਿਬ ਜੀ ਦਾ ਅਤੇ ਸਰਦਾਰ ਗੁਰਭੇਜ ਸਿੰਘ ਜੀ ਤੁਹਾਡੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਡੇ ਨਾਲ ਸਵੇਰ ਦੇ ਵਿਚਾਰੇ ਧੁੱਪ 'ਚ ਗਰਮੀ ਨਾ ਉਹਨਾਂ ਨੇ ਵੇਖੀ ਸਵੇਰ ਦਾ ਸਾਡੇ ਨਾਲ ਸਾਡਾ ਸਾਥ ਦੇ ਰਹੇ ਅਤੇ ਉਹਨਾਂ ਸਾਰਿਆਂ ਦਾ ਅਤੇ ਇਸਮੈਲਪੁਰ ਦੇ ਨੌਜਵਾਨ ਵੀਰਾਂ ਦਾ ਸਪੈਸ਼ਲ ਤੌਰ 'ਤੇ ਸਰਪੰਚ ਸਾਹਿਬ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਸੇਵਾ ਸਿਰੇ ਚਾੜੀ ਆ ਅਤੇ ਨੌਜਵਾਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਜ਼ਿਲ੍ਹੇ ਵੱਲੋਂ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਹੋਣ ਦੇ ਨਾਤੇ ਇਹ ਜਿਹੜੇ ਵੀਰ ਆਪਣੇ ਫਤਿਹਗੜ੍ਹ ਸਾਹਿਬ ਤੋਂ ਸੇਵਾ ਲੈ ਕੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਐਡੀ ਦੂਰੋਂ ਇਹ ਸੇਵਾ ਲੈ ਕੇ ਆਇਆ, ਇਸ ਕਰਕੇ ਚਲੋ ਦੁੱਖ ਦੀ ਘੜੀ ਵਿੱਚ ਹੀ ਆਇਆ ਜੀ ਆਇਆਂ ਕਹਿੰਦੇ ਹਾਂ ਪਿੰਡ ਸਮੈਲਪੁਰ ਤੋਂ ਖਾਸ ਕਰਕੇ ਸੇਵਾ ਆਈਏ ਅਤੇ ਦੁੱਖ ਦੀ ਘੜੀ ਵਿੱਚ ਆਇਆ ਸਾਡਾ ਸਾਥ ਦੇਣਾ ਜੀ ਆਇਆਂ ਵੀ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੀਰ ਜੀ ਤੁਹਾਡੀ ਸਰਕਾਰ ਤੋਂ ਕੀ ਮੰਗ ਹੈ? ਵੀਰ ਜੀ ਸਰਕਾਰ ਤੋਂ ਸਾਡੀ ਬਸ ਇਹੀ ਮੰਗ ਹੈ ਵੀ ਜਿਹੜੇ ਪਿੰਡ ਇਸ ਟਾਈਮ ਖਰਾਬੇ ਦੇ ਵਿੱਚ ਨੇ, ਜਿਹੜੇ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ ਉਹਦੀ ਤੁਰੰਤ ਗੁਰਦੌਰੀ ਕੀਤੀ ਜਾਵੇ, ਹਰੇਕ ਘਰ ਦੀ ਜੇ ਕਿਸੇ ਦਾ ਕੋਈ ਮਕਾਨ ਡਿੱਗਾ ਹੈ ਉਹਨੂੰ ਮਕਾਨ ਨਵਾਂ ਬਣਾ ਕੇ ਦਿੱਤਾ ਜਾਵੇ, ਜੇ ਕਿਸੇ ਦੀ ਫਸਲ ਖਰਾਬ ਹੈ ਉਹਨੂੰ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਦੋ ਦੋ ਵਾਰੀ ਲੋਕਾਂ ਨੇ ਝੋਨੇ ਲਾ ਲਏ ਸੀਗੇ, ਕਈਆਂ ਪਿੰਡਾਂ ਦੇ ਵਿੱਚ ਮੈਂ ਆਉਂਦਾ ਰਹਿੰਦਾ ਤਿੰਨ ਵਾਰੀ ਉਹਨਾਂ ਝੋਨਾ ਲਾ ਲਿਆ ਸੀਗਾ, ਬਾਕੀ ਜਿਹੜੀਆਂ ਫਸਲਾਂ ਜਿਵੇਂ ਉੱਚਾ ਨੀਵਾਂ ਕਈ ਥਾਵਾਂ 'ਤੇ ਪਾਣੀ ਦਾ ਵਹਿਣ ਸੀਗਾ, ਕੋਈ ਤਾਂ ਜਿਹੜੀਆਂ ਪੈਲੀਆਂ ਅੱਗੇ ਪਜਾਊ ਜ਼ਮੀਨਾਂ ਸੀ ਸਾਰੀਆਂ ਰਜਿਸਟਰੀ ਦੀਆਂ ਜ਼ਮੀਨਾਂ ਮਾਲਕੀ ਜੀ, ਉਹ ਜਿਹੜੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋਈਆਂ ਨੇ, ਜਿਹੜੀਆਂ ਉੱਚੀਆਂ ਨੀਵੀਆਂ ਹੋਈਆਂ ਜ਼ਮੀਨਾਂ ਨੇ ਸਰਕਾਰ ਕੋਲੋਂ ਮੰਗ ਇਹੀ ਕਰਾਂਗੇ ਪਹਿਲਾਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਨਿਸ਼ਾਨਦੇਹੀ ਕਰਕੇ ਉਹਨਾਂ ਜ਼ਮੀਨਾਂ ਨੂੰ ਤੁਰੰਤ ਪੱਧਰ ਕੀਤਾ ਜਾਵੇ ਤਾਂ ਕਿ ਉੱਥੇ ਕਿਸਾਨਾਂ ਦੀ ਕਣਕ ਦੀ ਬਿਜਾਈ ਹੋ ਸਕੇ, ਕਿਉਂਕਿ ਜਿਹੜੀ ਸਰਕਾਰ ਹੈ ਨਾ ਜੀ ਇੰਨੇ ਵੱਡੇ ਪੱਧਰ 'ਤੇ ਆਪਾਂ ਨੂੰ ਵੀ ਪਤਾ ਸਰਕਾਰ ਵਾਰ ਵਾਰ ਹਰੇਕ ਫਸਲ ਦਾ ਆਪਾਂ ਨੂੰ ਮੁਆਵਜ਼ਾ ਨਹੀਂ ਦੇ ਸਕਦੀ, ਇਸ ਕਰਕੇ ਸਰਕਾਰ ਤੋਂ ਇਹੀ ਮੰਗ ਹੈ ਕਿ ਤੁਰੰਤ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਨੂੰ ਪੱਧਰ ਕਰ ਦਿੱਤਾ ਜਾਵੇ ਅਤੇ ਕਿਸਾਨਾਂ ਦੇ ਬੀਜਣ ਦੇ ਲਾਇਕ ਜ਼ਮੀਨ ਬਣਾ ਦਿੱਤੀ ਜਾਵੇ ਜਿਹਦੇ ਨਾਲ ਕਿ ਕਿਸਾਨ ਆਪਦੀ ਕਣਕ ਦੀ ਫਸਲ ਘੱਟੋ ਘੱਟ ਬੀਜ ਸਕਣ। ਠੀਕ ਹੈ ਜੀ ਵੀਰੇ, ਹੁਣ ਪਾਣੀ ਚੜ੍ਹ ਰਿਹਾ ਜਾਂ ਘੱਟ ਰਿਹਾ? ਹੁਣ ਵੀਰ ਜੀ ਇੱਕ ਵਾਰੀ ਪਾਣੀ ਡਾਊਨ ਹੋਇਆ ਸੀ, ਹੁਣ ਤੁਸੀਂ ਵੇਖਿਆ ਪਿੱਛੋਂ ਕੱਲ੍ਹ ਦਾ ਪੌਣ ਟਾਈਮ ਦੇ ਵਿੱਚ ਪਾਣੀ ਹੋਰ ਛੱਡਿਆ ਗਿਆ, ਪਹਾੜਾ ਡੈਮ 'ਚੋਂ ਵੀ ਕਹਿੰਦੇ ਪਾਣੀ ਹੋਰ ਛੱਡਿਆ ਕਿਉਂਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਅਤੇ ਜਦੋਂ ਮੀਂਹ ਜ਼ਿਆਦਾ ਪਊਗਾ ਫਿਰ ਪਾਣੀ ਦਾ ਵੇਖੋ ਜੀ ਪੰਜਾਬ 'ਚ ਹੀ ਆਉਣਾ, ਚਾਹੇ ਭਾਵੜਾ ਡੈਮ ਹੈ ਚਾਹੇ ਪੌਣ ਡੈਮ ਹੈ ਜਾਂ ਹੋਰ ਵੀ ਛੋਟੇ ਮੋਟੇ ਕਈ ਡੈਮ ਨਾਲਿਆਂ ਵਗੈਰਾ ਦਾ ਪਾਣੀ ਵੀ ਆਉਂਦਾ ਹੈ, ਉਹ ਸਾਰਾ ਕੁਛ ਸਤਲੁਜ ਦਰਿਆ ਦੇ ਜ਼ਰੀਏ ਅਤੇ ਕੁਛ ਬਿਆਸ ਦਰਿਆ ਦੇ ਜ਼ਰੀਏ ਹਰੀ ਕੇ ਪੱਤਣ ਆ ਜਾਂਦਾ ਹੈ, ਇਹ ਜਿੰਨੇ ਵੀ ਪਿੰਡ ਨੇ ਮੰਨ ਲਓ ਉੱਥੋਂ ਮੱਖੂ ਹਰੀਕਿਆਂ ਤੋਂ ਲੈ ਕੇ ਜਿੰਨੇ ਆਪਾਂ ਫਿਰੋਜ਼ਪੁਰ ਸਾਈਡ ਹੈ ਮੁੱਠਿਆਂ ਵਾਲੀ ਸਾਈਡ ਜਿੰਨੇ ਵੀ ਯਾਰ ਪਾਕਿਸਤਾਨ ਦੇ ਬਾਰਡਰ 'ਚ ਇੱਕ ਪਿੰਡ ਨੇ ਉਹ ਸਾਰੇ ਹੀ ਇਸ ਟਾਈਮ ਬਹੁਤ ਜ਼ਿਆਦਾ ਮਾਰ ਥੱਲੇ ਆ, ਕਿਸੇ ਪਿੰਡ ਦੇ ਵਿੱਚ ਕੋਈ ਰਸਤਾ ਨਹੀਂ ਜਿਹੜਾ ਆਪਾਂ ਦਰਿਆ ਦੇ ਵਿੱਚ ਜਾ ਸਕੀਏ ਜਾਂ ਕਿਸੇ ਪਿੰਡ ਵੀ ਕਿਸੇ ਤਰ੍ਹਾਂ ਦੀ ਕੋਈ ਫਸਲ ਨਹੀਂ ਮੈਨੂੰ ਦਿਸਦੀ ਵੀ ਜਿਹਦੇ ਨਾਲ ਕੋਈ ਆਉਣ ਵਾਲਾ ਸਮਾਂ ਕਿਸਾਨੀ ਦਾ ਵਧੀਆ ਨਿਕਲ ਸਕੇ। ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ।